ਅਵੇ ਵੇਦ ਕੋ ਕੁਛ ਸੁਣਾਵੇ ਰਾਜਾ ਸਰਮਤ ਨਹੀਂ ਜਾਣੀ ਤੇਰੀ ਤੇਰੀ ਸੰਤਨ ਕੀ ਹੋ ਚੇਰੀ ਤੋ ਜਾਏ ਤੋ ਰੋਤ ਆਵੇ ਰੋਤ ਜਾਏ ਸੋ ਅਸੈ ਬਸ ਤੋ ਹੋਏ ਹੋਏ ਸੋ ਉਜੜ ਉਜੜ ਹੋਏ ਸੋ ਅਸੈ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਉਹ ਪਰਮੇਸ਼ਰ ਸਾਰਿਆਂ ਦਾ ਜਨਦਾ ਤਾਹੀ ਮੰਨਿਆ ਜਾਂਦਾ ਜਨਦਾ ਹੁੰਦਾ ਵੱਡਾ ਘਰ ਦੇ ਵਿੱਚ ਜੀ ਤੋਂ ਸਾਰਾ ਪਰਿਵਾਰ ਪੈਦਾ ਹੁੰਦਾ ਹੈ ਉਹਦੀ ਬੁਕਤ ਵੀ ਉਹਦੀ ਅਕਲ ਵੀ ਉਹਦੀ ਵਡਿਆਈ ਵੀ ਉਹਦੀ ਸੁਭਾ ਵੀ ਸਾਰੇ ਹੁੰਦੀ ਹੈ ਇਸ ਤਰ੍ਹਾਂ ਉਹ ਪਰਮੇਸ਼ਰ ਤੋਂ ਤਮਾਮ ਪੈਦਾ ਹੋਏ ਨੇ ਉਹ ਸਾਰਿਆਂ ਦਾ ਜਨਦਾ ਹੈ ਸਭ ਸਹਿ ਕਾ ਜਨ ਹੋਏ ਨਾਨਕ ਗੁਣ ਗਾਵੇ ਕਰਤੇ ਕੇ ਜੋ ਸਭ ਸੇ ਗਜਣ ਉਸ ਦਾ ਜਸ ਕਰੋ ਪਰਮੇਸ਼ਰ ਤਾਂ ਕਿ ਇਹ ਜੇ ਜਾਲ ਚੋਂ ਬਚ ਜਾਈਏ ਤਾਂ ਠੀਕ ਹੈ ਕਿਤਨਾ ਖਤਰਨਾਕ ਜਾਲ ਕਿਤਨੇ ਜੱਗ ਕਿਤਨੀ ਤਪੱਸਿਆ ਕਰਕੇ ਬੜੀ ਮੁਸ਼ਕਿਲ ਨਾਲ ਰਾਜਾ ਬਣਦਾ ਸੁੱਕਦਾ ਪਰ ਜਾਲ ਦੇ ਵਿੱਚ ਪਹਿਲੇ ਦਿਨ ਹੀ ਫਸ ਗਿਆ ਸਾਰਾ ਨਿਹਫਲ ਹੋ ਗੱਡੀ ਤੇ ਬੈਠਣ ਸਾਰ ਦੇਖਦਾ ਆਲਾ ਦੁਆਲਾ ਜਿਹੜੀਆਂ ਉਹਦੀਆਂ ਰਾਣੀਆਂ ਸੀਆਂ ਅਬਦੀਆਂ ਜਿਹੜੀਆਂ ਨਾਲ ਗਈਆਂ ਸੀਆਂ ਉਹ ਕੋਲੇ ਬੈਠੀਆਂ ਨੇ ਪਰੀਆਂ ਬਣ ਕੇ ਜਿਹੜੇ ਪਹਿਲੇ ਸੁੱਖ ਦੇ ਰਾਜੇ ਦੀ ਰਾਣੀ ਸੀ ਪਦਮਨੀ ਸੀ ਉਸ ਰਾਣੀ ਨੂੰ ਬੁਲਾਉਣ ਲੱਗ ਗਿਆ ਵੀ ਕਿੱਥੇ ਆ ਉਹਨੂੰ ਲਿਆ ਟੋਲ ਕੇ ਹੁਣ ਮੈਂ ਸੁੱਖ ਦਾ ਰਾਜਾ ਬਣ ਗਿਆ ਸੁੱਖ ਦੇ ਰਾਜ ਤੇ ਛੱਪੇ ਛੱਪੇ ਤੇ ਮੇਰੀ ਹਕੂਮਤ ਹੈ ਕੋਈ ਥਾਂ ਮੇਰੀ ਹਕੂਮਤ ਤੋਂ ਵਾਂਝਾ ਨਹੀਂ ਹੈ ਨਾ ਇੱਥੇ ਦਾ ਦੇਵਤਾ ਕੋਈ ਮੇਰੀ ਹਕੂਮਤ ਤੋਂ ਬਾਹਰ ਹੈ ਨਾ ਇੱਥੇ ਦਾ ਕੋਈ ਕਿੰਨਰ ਗੰਧਰਵ ਨਾ ਇੱਥੇ ਦਾ ਕੋਈ ਹੂਰਾਂ ਪੁਸਰਮ ਬਾਹਰ ਹੈ ਪਹਿਲੀ ਰਾਣੀ ਕਿੱਥੇ ਹੈਗੀ ਰਾਜੇ ਦੀ ਜੋ ਪਹਿਲੇ ਸੁੱਖ ਦਾ ਰਾਜਾ ਦੌੜ ਗਿਆ ਛੱਡ ਕੇ ਉਹਦੀ ਰਾਣੀ ਆਪਦੇ ਮਹਿਲਾਂ ਸੀ ਕਹਿੰਦੇ ਉਹਨੂੰ ਲਿਆਓ ਮੇਰੇ ਕੋਲ ਉਹ ਮੇਰੀ ਪਟਰਾਣੀ ਬਣੇਗੀ ਇਹ ਹੰਕਾਰ ਆ ਗਿਆ ਸਾਜੋ ਜੀ ਫਸ ਗਿਆ ਨੰਦਲੀ ਤੇ ਉਹ ਪੰਜਾਂ ਦਰਖਤਾਂ ਦੇ ਜਾਲ ਪਾਏ ਤ੍ਰਿਸ਼ਨਾ ਚ ਫਸ ਗਿਆ ਕਿਤਨੀ ਬੁੱਧ ਬਣਾ ਕੇ ਗਿਆ ਸੀ ਸੁੱਖ ਦੇ ਵਿੱਚ ਗਿਆ ਰਾਜਾ ਬਣਿਆ ਪਰ ਭੁੱਖ ਨੇ ਉਤਰੀ ਜਿਹਦੀ ਬਾਤ ਗੁਰੂ ਜੀ ਇਉਂ ਫੈਸਲਾ ਦਿੰਦੇ ਨੇ ਭੁੱਖੇ ਮਨ ਦੀ ਵੀ ਕਦੇ ਨਾ ਭੁੱਖ ਉਤਰੇ ਸੁਰਗਮ ਵਾਲੀ ਇਸ਼ਾਰਾ ਹੈ ਭੁੱਖੇ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾਰ ਪੁਰੀਆਂ ਦਾ ਰਾਜ ਮਿਲ ਕੇ ਵੀ ਭੁੱਖਾ ਮਨ ਧੜਕਦਾ ਰਹਿੰਦਾ ਉਹ ਨੱਬਣਾ ਚੋਂ ਬਾਹਰ ਨੀ ਨਿਕਲਦਾ ਜਿੰਨਾ ਚ ਫਿੱਕਾ ਪਾਣੇ ਉਹਨਾਂ ਬਣਾਂ ਚੋਂ ਮਨ ਬਾਹਰ ਨੀ ਨਿਕਲਦਾ ਉਹ ਭਟਕੇ ਗਈ ਭੁੱਖੇ ਮੈਂ ਉਤਰੇਗੀ ਉਹਨਾਂ ਚੋਂ ਬਾਹਰ ਨਿਕਲੇ ਹਰ ਰਸ ਨੂੰ
मन बुद्धि चिंबड़े चुंगे परमेश्वर नाम जपे फिर इनती आउंदा है। हां उसने स्नेहा दे दिता और उसने गद्दी ते बैठन सार जिहड़ी पहले राजे दी राणी है हुण मेरा कब्जा सारी पूरी ते है, लियाओ मेरे कोले उसनू। ਯਾਰ ਉਹਦੇ ਕੋਲੇ ਉਹਦੇ ਅਹਿਲਕਾਰ ਦੇਵਤੇ ਪਹੁੰਚਦੇ ਨੇ। ਮਹਾਰਾਣੀ ਨੂੰ ਕਹਿਣ ਲੱਗੇ, ਮਹਾਰਾਣੀ ਸਾਹਿਬ ਉਸ ਦਾ ਰਾਜਾ ਇੰਦਰ ਹਨੂਸ ਹੈ, ਉਹ ਤੁਹਾਨੂੰ ਬੁਲਾ ਰਿਹਾ ਆਪਦੇ ਮਹਿਲਾਂ ਦੇ ਵਿੱਚ। ਉਹ ਕਹਿਣ ਲੱਗੇ, ਮੇਰੇ ਤੇ ਉਹਦਾ ਕੀ ਹੱਕ ਹੈ, ਮੇਰਾ ਪਤੀ ਜਿਉਂਦਾ ਹੈ, ਮੈਂ ਪਤੀਵਰਤਾ ਇਸਤਰੀ ਹਾਂ, ਮੇਰਾ ਉਹਦੇ ਨਾਲ ਕੀ ਸੰਬੰਧ ਹੈ, ਮੈਂ ਨਹੀਂ ਜਾਣਾ, ਕੋਈ ਮਤਲਬ ਨਹੀਂ ਹੁੰਦਾ ਮੇਰੇ ਨਾਲ। ਮੋੜ ਉੱਤੇ ਫਿਰ ਉਸਨੇ ਦੁਬਾਰੇ ਬੰਦੇ ਭੇਜੇ ਵੀ ਮੈਂ ਨਹੀਂ ਆਪ ਆ ਕੇ ਆਪਦਾ ਰਸ ਜੋੜ ਕੇ ਬਿਠਾ ਕੇ ਲੈ ਕੇ ਜਾਵਾਂਗਾ ਆਪਦੇ ਮਿਹਨਤ ਨਹੀਂ ਹੈ, ਇੱਕ ਵਾਰੀ ਮੌਕਾ ਦਿੰਦਾ, ਕੋਈ ਤੇਰਾ ਰਾਖਾ ਨਹੀਂ, ਸਾਰੀ ਪੂਰੀ ਤੇ ਮੇਰਾ ਹੱਕ ਹੈ, ਸਾਰੇ ਦੇਵਤੇ ਸਾਰੀਆਂ ਪਰੀਆਂ ਸਾਰੀ ਧਰਤੀ ਸਾਰੇ ਬਗੀਚੇ ਸਾਰੇ ਤੇ ਮੇਰਾ ਹੱਕ ਹੈ। ਇਉਂ ਕਹਿਦਾ ਪੁਰਾਣੀ ਡਰ ਗਈ, ਡਰ ਕੇ ਸੋਚਦੀ ਹੈ ਵੀ ਕੋਈ ਉਪਰਾਲਾ, ਜਿਹੜਾ ਦੇਵਤਿਆਂ ਦਾ ਰਾਜਾ ਦੇਵਤਿਆਂ ਦਾ ਗੁਰੂ ਹੈ, ਸਾਰੇ ਦੇਵਤਿਆਂ ਦਾ ਗੁਰੂ ਹੈ, ਉਹ ਫਿਰ ਆਪਦੇ ਗੁਰੂ ਕੋਲੇ ਪਹੁੰਚਦੀ ਹੈ। ਉਹ ਵੀ ਦੇਵਤਾ ਪਰਿਸ਼ਤ ਬਣ ਕੇ ਬੇਨਤੀ ਕਰਦੀ ਹੈ ਮਹਾਰਾਜ, ਉਸ ਨੂੰ ਨਸ਼ਾ ਚੜ ਗਿਆ ਰਾਜੇ ਨੂੰ, ਉਹ ਗਲਤ ਬਿਆਨ ਦੇਣ ਲੱਗ ਗਏ, ਆਪਦੀ ਇੰਦਰ ਪਦਵੀ ਨੂੰ ਦਾਗ ਲਾ ਰਿਹਾ, ਉਹ ਤੱਕਾ ਕਰਦਾ ਹੈ, ਮੈਨੂੰ ਆਪਦੇ ਮਹਿਲਾਂ ਚ ਬੁਲਾਉਂਦਾ ਹੈ, ਮੈਂ ਸਰੀਰ ਛੱਡ ਦਿਆਂਗੀ, ਮੇਰਾ ਪਤੀ ਭੂਮੇਸ਼ ਕਿਤੇ ਸੁਪਿਆ ਹੋਇਆ ਹੈ, ਜਿਉਂਦਾ ਹੈ, ਉਹਨੂੰ ਪਤੀਵਰਤਾ ਇਸਤਰੀ ਹੈ, ਉਹਦਾ ਮਤਲਬ ਕੀ ਹੈ ਮੇਰੇ ਨਾਲ ਧੱਕਾ ਕਰਨ ਦਾ, ਆਪਦੇ ਮਹਿਲਾਂ ਚ ਲਿਜਾਣ ਦਾ। ਤੁਸੀਂ ਗੁਰੂ ਹੋ ਸਾਡੇ, ਸਾਰੇ ਦੇਵਤਿਆਂ ਦੇ ਉਹਦੇ ਵੀ ਗੁਰੂ ਹੋ, ਮੇਰੇ ਤੁਹਾਨੂੰ ਸਮਰਥ ਬਖਸੋ, ਕਿਰਪਾ ਕਰੋ, ਮੇਰੀ ਮਦਦ ਕਰੋ। ਉਸਨੇ ਆਖਿਆ ਵੀ ਇਹਨੂੰ ਸਜ਼ਾ ਮਿਲਣੀ ਚਾਹੀਦੀ, ਇਹੋ ਜਿਹੇ ਹੰਕਾਰੀ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ, ਗੁਰੂ ਦਾ ਫਰਜ਼ ਹੈ ਫੈਸਲਾ ਕਰਨ ਦਾ, ਇਹੋ ਜਿਹੇ ਹੰਕਾਰੀ ਨੂੰ ਸਜ਼ਾ ਮਿਲਣੀ ਚਾਹੀਦੀ। ਉਹਨੂੰ ਪਤਾ ਨਹੀਂ ਹੈ ਮੈਂ ਸੁੱਖ ਦਾ ਰਾਜਾ ਹਾਂ, ਇੰਨੇ ਸੁੱਖ ਦਾ ਰਾਜ ਦਾ ਮੈਂ ਮਾਲਕ, ਇਤਨੇ ਪੁੰਨ ਸਾਰੀ ਉਮਰ ਰਾਜ ਦਿੱਤੀ, ਸਤਸੰਗ ਦੇ ਵਿੱਚ ਵੱਡੇ ਵੱਡੇ ਉਮਰਾਂ ਲੱਖਾਂ, ਮੈਂ ਸਵਾਹ ਢੋਂਦੇ ਨੇ, ਲੰਗਰ ਚਲਾਉਂਦੇ ਨੇ, ਜੱਗ ਬਣਾਉਂਦੇ ਨੇ, ਉਹ ਬਿਰਤਾ ਭੁੱਲ ਗਿਆ। ਉਹ ਕਹਿਣਗੇ, ਮਹਾਰਾਜ ਤੁਸੀਂ ਕੋਈ ਤਰੀਕਾ ਬਖਸ਼ੋ। ਉਹ ਕਹਿਣਗੇ, ਚੰਗਾ ਭਾਈ ਤੂੰ ਆਪਦੇ ਵੱਲੋਂ ਉਹਨੂੰ ਸੁਨੇਹਾ ਦੇ ਦੇ ਰਾਜੇ ਨੂੰ ਵੀ ਛਤਰੀ ਸਿਆਂ ਨੂੰ ਪਲੰਗ ਚੁਕਾ ਕੇ ਮੇਰੇ ਮਹਿਲਾਂ ਚ ਆ ਜਾਏ, ਮੈਂ ਆਪਦਾ ਪਤੀ ਬਣਾ ਲੂੰ, ਜਾਂ ਕਹਿ ਦਿਓ। ਉਸਨੇ ਰਾਣੀ ਨੇ ਪਹਿਲੇ ਸੁੱਖ ਦੇ ਰਾਜੇ ਦੀ ਰਾਣੀ ਨੇ ਜਿਹੜੇ ਉਹਦੇ ਸੁੱਖ ਦੇ ਰਾਜੇ ਹਨੂਸ ਦੇ ਭੇਜੇ ਵਿੱਚ, ਉਹਨਾਂ ਨੂੰ ਕਹਿਣ ਲੱਗੇ, ਮੈਂ ਉਹਨੂੰ ਸਵੀਕਾਰ ਕਰ ਲਾਂਗੀ, ਮੇਰੇ ਮਹਿਲਾਂ ਚ ਸਤਰੀ ਸਿਆਂ ਤੋਂ ਆਪਦਾ ਪਲੰਗ ਚੁਕਾ ਕੇ ਆ ਜਾਵੇ। ਉਹਨਾਂ ਨੇ ਜਾ ਕੇ ਸੁਰੂ ਦੇ ਰਾਜੇ ਨੂੰ ਕਹਿ ਦਿੱਤਾ ਵੀ ਰਾਣੀ ਆਪਦੇ ਮਹਿਲਾਂ ਸਾਦੀ ਸੁਣੋ, ਸਤਰੀ ਸਿਆਂ ਤੋਂ ਪਲੰਗ ਚੁਕਾ ਕੇ ਲੈ ਆਓ, ਪਰ ਆਪ ਤੁਰ ਕੇ ਨਾ ਆਇਓ, ਕਿਸੇ ਰਾਤ ਤੇ ਚੜ੍ਹ ਕੇ ਪਲੰਗ ਚੁਕਾ ਕੇ। ਹੁਣ ਹੰਕਾਰ ਸੀ ਉਸਨੂੰ, ਰਿਸ਼ੀ ਕੀ ਨੇ ਮੇਰੇ ਸੀ ਮੂਹਰੇ, ਸਤਰੀ ਸੀ ਅੰਗਰਾ ਪਿਰਗੂ ਵਿਸ਼ਵਾਮਿਤਰ ਅਗਸਤ ਮੁਨੀ ਸਾਰੇ ਇਕੱਠੇ ਕਰ ਲਏ, ਕਹਿੰਦੇ ਚੱਕੋ ਮੇਰਾ ਪਲੰਗ, ਕਿਉਂ ਇਹ ਜਿਹੜਾ ਵਿਖਾ ਬਣ ਫੀਕਾ ਹੈ, ਇਹਦੀ ਖਿੱਚ ਬਹੁਤ ਹੀ, ਮਨ ਦੇ ਵਿੱਚ ਕਾਲੀ ਪੈ ਗਈ, ਮੈਂ ਸੇਧੀ ਰਾਣੀ ਕੋਲੇ ਪਹੁੰਚਾਂ। ਰਿਸ਼ੀ ਹੌਲੀ ਤੁਰਦੇ ਨੇ, ਪਲੰਗ ਹੌਲੀ ਹੌਲੀ ਤੁਰਦੇ ਨੇ, ਮੈਨੂੰ ਅਕਲ ਆ ਜਾਵੇ ਤਾਂ ਠੀਕ ਹੈ, ਕੁਛ ਸਮਾਂ ਬੁਰੇ ਕਰਮ ਤੋਂ ਪਹਿਲਾਂ ਵਧਾਇਆ ਜਾਵੇ ਤਾਂ ਠੀਕ ਹੈ, ਇਹਨੂੰ ਅਕਲ ਆ ਜਾਵੇ, ਇਹ ਬਹੁਤ ਵੱਡਾ ਜ਼ੁਲਮ ਕਰ ਰਿਹਾ ਹੈ। ਹੁਣ ਉਹਦੇ ਅੰਦਰ ਵੇਗ ਚੱਲਿਆ ਵੇ ਤੀ, ਮੋਹ ਦਾ ਚੱਲ ਪਏ, ਕਾਮ ਦਾ ਚੱਲ ਪਏ, ਲੋਭ ਦਾ ਚੱਲ ਪਏ, ਹੰਕਾਰ ਦਾ ਚੱਲ ਪਏ, ਜੇ ਅੰਦਰ ਇਹਦੇ ਅੰਦਰ ਇਹ ਚਸ਼ਮੇ ਚੱਲ ਪੈਣ, ਇਹਦੀ ਹੋਸ਼ ਮਾਰੀ ਜਾਂਦੀ ਹੈ। ਉਹਦੀ ਹੋਸ਼ ਮਾਰੀ ਗਈ, ਅੰਗਰਾ ਰਿਸ਼ੀ ਥੋੜਾ ਜਿਹਾ ਛੋਟੇ ਕੱਦ ਦਾ ਸੀ, ਰਿਸ਼ੀ ਉਹਦੇ ਪੈਰ ਛੋਟੇ ਛੋਟੇ ਛੋਟੀਆਂ ਕਦਮਾਂ ਸੀਆਂ। ਉਹ ਕਹਿਣਗੇ, ਤੂੰ ਕਿਉਂ ਨੀ ਇਹਨਾਂ ਦੇ ਨਾਲ ਕਦਮ ਪੜਦਾ? ਸੁਰਦਾ ਰਾਜਾ ਪਲੰਗ ਤੇ ਬੈਠਾ ਜਾ ਰਿਹਾ ਰਾਣੀ ਕੋਲ ਨੂੰ, ਕਹਿੰਦਾ ਤੂੰ ਸੇਧੀ ਕਿਉਂ ਨੀ ਤੁਰਦਾ? ਮੈਂ ਸੇਧੀ ਪਹੁੰਚਣਾ ਹੈ। ਉਹਦੇ ਸਿਰ ਦੇ ਉੱਪਰ ਤੱਫਾ ਮਾਰਿਆ, ਮੁੱਕੀ ਮਾਰੀ ਉਹ ਰਿਸ਼ੀ ਦੇ, ਕਹਿੰਦਾ ਸਰ ਸਰਪ ਸਰਪ ਚੰਦ ਸੰਸਕ੍ਰਿਤ ਦਾ ਲਫ਼ਜ਼ ਹੈ, ਸਰਪ ਦੇ ਅਰਥ ਸੱਪ ਵੀ ਹੈ, ਸਰਪ ਦੇ ਅਰਥ ਸੇਧੀ ਵੀ ਹੈ, ਸੰਸਕ੍ਰਿਤ ਦੇ ਅਰਥ ਨੇ ਸਰਪ ਦੇ ਵੀ, ਸਰਪ ਵੀ ਸੇਧੀ ਤੁਰ, ਤੂੰ ਸੇਧੀ ਤੁਰ। ਇਹ ਕਰਦੇ ਕਰਦੇ ਨੂੰ ਦੋ ਤਿੰਨ ਥੱਪੜ ਮਾਰੇ, ਉੱਥੇ ਬਲੰਗ ਛੱਡਤਾ ਰਿਸ਼ੀਆਂ ਨੇ, ਕਹਿੰਦੇ ਜਾ ਓਏ ਨਿਕੰਮੇ, ਤੂੰ ਸੱਪ ਹੀ ਬਣ ਜਾ। ਧਰਤੀ ਤੇ ਆ ਗਿਆ ਸੁੱਖ ਦਾ ਰਾਜਾ, ਸੱਪ ਬਣ ਕੇ ਚਿੜਕ ਸਾ ਕੇ ਪੂਰਾ ਯੁੱਗ ਸੱਪ ਬਣ ਕੇ ਵਰਤਦਾ ਰਿਹਾ। ਸਤਸੰਗ ਜੀ ਆਹ ਫਲ ਮਿਲਦਾ, ਇਹ ਉਗਣਾ ਵਾਲਿਆਂ ਨੂੰ ਆਹ ਫਲ ਮਿਲਦਾ ਹੈ। ਧਰਤੀ ਤੇ ਆ ਕੇ ਗਿਰ ਗਿਆ ਸਤਸੰਗ ਜੀ, ਇਤਿਹਾਸ ਦੇ ਵਿੱਚ ਇਹ ਵਰਣਨ ਹੁੰਦਾ ਹੈ। ਸੁਗਨਾ ਸੁਪਾਹੀ ਰਾਜਾ ਧਰਤੀ